ਇੱਥੇ ਸਾਡੇ ਦਿਲ ਆ ਰੱਖੋ ਅਸੀਂ ਜਾਗਦੀ ਜ਼ਮੀਰ ਵਾਲੇ ਗੈਰਤ ਰੱਖਣ ਵਾਲੇ ਸਭ ਅਹੁਦੇ ਸ਼ੌਹਦੇ ਛੱਡ ਕੇ ਪਿੱਛੇ ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਹਾਂ ਬੰਦੇ ਲੇਕਿਨ ਉਸ ਪਰਮਾਤਮਾ ਦੇ ਵਾਹਿਗੁਰੂ ਦੇ ਅੱਲਾਹ ਦੇ ਈਸ਼ਵਰ ਦੇ ਅਸੀਂ ਉਹਦੇ ਬੰਦੇ ਹਾਂ ਅਸੀਂ ਤੁਹਾਡੇ ਬੰਦੇ ਹਾਂ ਅਸੀਂ ਤੁਹਾਡੇ ਚੌਕੀਦਾਰ ਹਾਂ ਅਸੀਂ ਪੰਜਾਬ ਦੇ ਵਿੱਚ 13,000 ਪਿੰਡਾਂ 'ਚ ਠਾਂਗ ਚੱਕ ਕੇ ਪਹਿਰਾ ਦੇਵਾਂਗੇ ਅਸੀਂ ਚੌਕੀਦਾਰ ਹਾਂ ਅਸੀਂ ਏਜੰਟ ਨਹੀਂ ਗੇ ਇਸ ਲਈ ਹੁਣ ਜੇ ਗਾਹ ਕੋਈ ਏਜੰਟ ਕਵੇ ਜਾਂ ਕੋਈ ਇੱਦਾਂ ਦਾ ਬੇਬੁਨਿਆਦ ਇਲਜ਼ਾਮ ਲਾਵੇ ਉਹਦੇ ਯਕੀਨ ਨਹੀਂ ਕਰਨਾ ਕੋਈ ਕਹਿੰਦਾ ਮੈਂ ਫਲਾਣੇ ਅਕਾਲੀ ਨਾਲ ਮੀਟਿੰਗ ਕਰ ਲਈ ਕੋਈ ਕਹਿੰਦਾ ਮੈਂ ਫਲਾਣੇ ਕਾਂਗਰਸੀ ਨਾਲ ਮੀਟਿੰਗ ਕਰ ਲਈ ਬਹੁਤ ਚਾਲਾਂ ਖੇਡਣੀਆਂ ਇਹਨਾਂ ਨੇ ਹਲੇ ਜੇ ਤਾਂ ਤੁਹਾਨੂੰ ਮੇਰੇ ਚਿਹਰੇ ਤੋਂ ਨਿਕਲਦੇ ਹੋਏ ਆਹ ਅਲਫਾਜ਼ ਤੇ ਜੋ ਮੇਰੇ ਚਿਹਰੇ ਦੇ ਉੱਤੇ ਮੈਂ ਜਿਸ ਵਕਤ ਇਸ ਵੇਲੇ ਜਿਹੜਾ ਮੇਰਾ ਰਿਐਕਸ਼ਨ ਹੈ ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਹਾਂ ਫਿਰ ਮੰਨ ਲਿਓ ਤੇ ਜੇ ਨਹੀਂ ਇਹਨਾਂ ਝੂਠੀਆਂ ਅਫਵਾਹਾਂ ਮਨ ਕੜ ਕੋ ਤੱਥਾਂ ਤੋਂ ਕੋਹਾਂ ਦੂਰ ਇਹਨਾਂ ਪੁਰੰਦਿਆਂ ਦਾ ਤੁਸੀਂ ਹਰ ਕਿਸ ਕੋਈ ਸੱਚ ਨਹੀਂ ਮੰਨਣਾ ਮੈਨੂੰ ਪੁੱਛ ਲੈਣਾ ਮੈਂ ਜਵਾਬ ਦਊਂਗਾ ਹਰ ਗੱਲ ਦਾ ਜਵਾਬ ਹੈ ਮੇਰੇ ਕੋਲ ਸਭ ਕੁਛ ਦਊਂਗਾ ਔਰ ਮੇਰਾ ਪ੍ਰਣ ਅਖੀਰ ਵਿੱਚ ਕਹੋ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਕਹਿ ਰਿਹਾ ਦੁਆਰਾ ਮੱਤ ਸਮਝਣਾ ਮੈਂ ਝੂਠ ਬੋਲ ਰਿਹਾ ਵਾਂ ਮੈਨੂੰ ਕੁਛ ਨਹੀਂ ਚਾਹੀਦਾ ਇੱਕੋ ਹੀ ਗੱਲ ਚਾਹੀਦੀ ਆਪਣੇ ਪੰਜਾਬ ਦਾ ਭਲਾ ਚਾਹੀਦਾ ਆਪਣੇ ਪੰਜਾਬ ਦਾ ਜਿਹੜੇ ਕਿਸਾਨ ਮਰ ਰਹੇ ਨੇ ਜਿਹੜੇ ਬੱਚੇ ਨਸ਼ੇ ਦੀ ਹੋ ਗਏ ਜਿਹੜੇ ਬੱਚੇ ਬੇਰੁਜ਼ਗਾਰ ਹੋ ਗਏ ਇੱਥੇ ਬੱਚਾ ਫੇਲ ਆਸਟ੍ਰੇਲੀਆ ਵਿੱਚ ਪਾਸ ਇੱਥੇ ਨਸ਼ੇੜੀ ਕੈਨੇਡਾ 'ਚ ਕਾਮਯਾਬ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਨੁਕਸ ਸਾਡੇ ਬੱਚਿਆਂ ਵਿੱਚ ਨਹੀਂਗਾ ਨੁਕਸ ਇੱਥੋਂ ਦੀ ਪ੍ਰਣਾਲੀ ਦੇ ਵਿੱਚ ਆ ਜਿਹੜਾ ਸਾਨੂੰ ਇਨਸਾਫ਼ ਨਹੀਂ ਦੇ ਸਕੀ ਸਾਨੂੰ ਨੌਕਰੀਆਂ ਨਹੀਂ ਦੇ ਸਕੀ ਸਾਨੂੰ ਪੜ੍ਹਾਈ ਨਹੀਂ ਦੇ ਸਕੀ ਸਾਡੇ ਸਕੂਲ ਟੱਟ ਗਏ ਸਾਡੇ ਹਸਪਤਾਲ ਉੱਜੜ ਗਏ ਸਾਡੇ ਕੋਲੋਂ ਇਹਨਾਂ ਨੇ ਸਾਨੂੰ ਲੁੱਟ ਲਿਆ ਭ੍ਰਿਸ਼ਟਾਚਾਰ ਕਰਕੇ ਸਾਡੇ ਬੱਚਿਆਂ ਨੂੰ ਨਸ਼ੇੜੀ ਬਣਾ ਦਿੱਤਾ ਯਾਰੋ ਇੱਕ ਪਾਣੀ ਬਚਿਆ ਸੀਗਾ ਉਹਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਯਾਰ ਸਾਰੇ ਦਰਿਆਵਾਂ ਦਾ ਬੁੱਢੇ ਨਾਲੇ ਸਮੇਤ ਅੱਜ ਉਹ ਚੱਡਾ ਮਿਲ ਦਾ ਹੋਇਆ ਲੱਖਾਂ ਮਛਲੀਆਂ ਸਾਰਾ ਪਾਣੀ ਪ੍ਰਦੂਸ਼ਿਤ ਕਰਤਾ ਜ਼ਹਿਰੀ ਯਾਰ ਆਪ ਤਾਂ ਦਿੱਲੀਓਂ ਬੋਤਲਾਂ ਮੰਗਾ ਕੇ ਪਾਣੀ ਪੀਂਦੇ ਨੇ ਵਿਦੇਸ਼ਾਂ ਦਾ ਫਿਲਟਰ ਪਾਣੀ ਪੀਂਦੇ ਨੇ ਤੇ ਸਾਨੂੰ ਕਹਿੰਦੇ ਉਹ ਜਿਹੜਾ ਮੇਰੀ ਪਾਣੀ ਪਿਆ ਮੱਛੀਆਂ ਵਾਲਾ ਪੀ ਲਓ ਯਾਰ ਤੁਹਾਡੇ ਮਾਲਵੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਟਰ ਵਰਕਸ ਕੈਨਾਲ ਵਾਟਰ ਦੇ ਨਾਲ ਤੁਸੀਂ ਪਾਣੀ ਪੀਂਦੇ ਹੋ ਇਸ ਲਈ ਇਹ ਸਾਰੀਆਂ ਗੱਲਾਂ 'ਤੇ ਪਹਿਰਾ ਅਸੀਂ ਦਿਆਂਗੇ ਮੈਂ ਦੋ ਤਿੰਨ ਨਾਰੇ ਲਾਉਣੇ ਆ ਮੈਂ ਇਨਕਲਾਬ ਦਾ ਵੀ ਹਦੇਸ਼ੀ ਹੈ ਪਰ ਨਾਰਾ ਨਾ ਥੋੜ੍ਹਾ ਉਹ ਕੀ ਕਹਿੰਦੇ ਹੁੰਦੇ ਕੋਲ ਜਿੱਦਾਂ ਹੁਣ ਪਿੱਟ ਜਿਹਾ ਗਿਆ ਯਾਰ ਥੋੜ੍ਹਾ ਨਾ ਬਣਾਇਆ ਨਾਰਾ ਪੈਦਾ ਆਪਾਂ ਨਵਾਂ ਕਰ ਦਿਓ ਨਾਲੇ ਇਨਕਲਾਬ ਦੇ ਨਾਲ ਕੀ ਹੁੰਦਾ ਜਿਹੜੇ ਲੋਕ ਸੈੱਟ ਨੇ ਨਾ ਜਿਹੜੇ ਕੰਮ ਕਾਰ ਵਧੀਆ ਧੰਦੇ ਕਰਦੇ ਨੇ ਜਾਂ ਜ਼ਮੀਨਾਂ ਵਾਲੇ ਦੂਜੇ ਉਹ ਕਹਿੰਦੇ ਯਾਰ ਫਿਰ ਸਾਨੂੰ ਕਿਤੇ ਉਜਾੜਦੇ ਨੇ ਯਾਰ ਇਨਕਲਾਬ ਇੱਦਾਂ ਦਾ ਨਾ ਲਿਆਉਣ ਕਿਤੇ ਕਹੋ ਇਨਕਲਾਬ ਹੀ ਦੇ ਸਕਦੇ ਕੋਈ ਗੱਲ ਨਹੀਂ ਮੰਨਣਾ ਹੀ ਨਹੀਂ ਕਰਦਾ ਪਰੰਤੂ ਆਪਾਂ ਇੱਕ ਨਵੇਂ ਨਾਲੇ ਨੂੰ ਤਰਜੀਹ ਦੇਣੀ ਮੈਂ ਉਹ ਨਾਰਾ ਤਿੰਨ ਵਾਰੀ ਲਾਊਂਗਾ ਤਾਂ ਮੈਂ ਕਿਹਾ ਕਿ ਸਭ ਦੇ ਤੁਸੀਂ ਉਹਨਾਂ ਤਿੰਨਾਂ ਨਾਰਿਆਂ ਦਾ ਲਾਣਾ ਜਵਾਬ ਤੇ ਸੰਧੂ ਸਾਹਿਬ ਪੜਨਗੇ ਪਤਾ ਤੇ ਅਸੀਂ ਸਾਰੇ ਦਿਆਂਗੇ ਤੁਹਾਡੀ ਦਿੱਤੀ ਹੋਈ ਪ੍ਰਵਾਨਗੀ ਪ੍ਰਵਾਨਗੀ ਤੇ ਅਸੀਂ ਮੋਹਰ ਲਗਾਵਾਂਗੇ ਨਾਰਾ ਸਾਡਾ ਹੈ ਪੰਜਾਬੀ ਏਕਤਾ ਤੁਸੀਂ ਸੁਣਿਆ ਲੇਟ ਹੈ ਕਿਉਂਕਿ ਤੁਹਾਡੇ ਮਾਈਂਡ 'ਚ ਰਜਿਸਟਰ ਹੋਣ ਨੂੰ ਟਾਈਮ ਲੱਗਿਆ ਪੰਜਾਬੀ ਏਕਤਾ ਪੰਜਾਬੀ ਏਕਤਾ ਪੰਜਾਬੀ ਏਕਤਾ ਪੰਜਾਬੀ ਏਕਤਾ ਪੰਜਾਬੀ ਏਕਤਾ ਫਤਿਹ ਮਾਲੇ ਕੋਲ ਫਤਿਹ ਫਿਰ ਪਿਆਰ ਨਾਲ ਬਾਣੀ ਤੁਸੀਂ ਬਹੁਤ ਦੂਰੋਂ ਆਏ ਹੋ ਭੁੱਖੇ ਤੇ ਆਏ ਕੋਈ ਰੋਟੀ ਨਹੀਂ ਕੁਛ ਨਹੀਂ ਕੋਈ ਪਾਣੀ ਨਹੀਂ ਫਤਿਹ ਪਿਆਰ ਨਾਲ ਬਾ ਦਿਓ ਇੱਕ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਜਾਣਾ ਨਹੀਂ ਕਿਸੇ ਨੇ ਇੱਕ ਬੰਦੇ ਨੇ ਵੀ ਨਹੀਂ ਹਿੱਲਣਾ ਜਿਹੜੇ ਮੇਰੇ ਨਾਲ ਪਿਆਰ ਕਰਦੇ ਸਭ ਨੇ ਪਿਆਰ ਮੇਰੇ ਸਤਿਕਾਰਯੋਗ ਔਰ ਵੀਰੋ ਤੇ ਭਰਾਓ ਇਸ ਤੋਂ ਪਹਿਲਾਂ ਕਿ ਮੈਂ ਮਤੇ ਪੜ੍ਹਾਂ ਮੈਂ ਸਾਡੇ ਮੇਰੇ ਪੁਰਾਣੇ ਸਾਥੀ ਅਤੇ ਪ੍ਰੈਸ ਦੇ ਵੀਰ ਜਿੰਨੇ ਪ੍ਰੈਸ ਦੇ ਸਾਥੀ ਇੱਥੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਸਾਡੇ ਵਾਲੰਟੀਅਰ ਤਾਂ ਸਵੇਰੇ 4-5 ਵਜੇ ਤੇ ਤੁਰੇ ਹੀ ਆ ਸਾਡੇ 'ਚੋਂ ਬਹੁਤ ਸਾਰੇ ਲੋਕ ਵੀ ਉਸੇ ਵੇਲੇ ਦੇ ਇੱਥੇ ਆਏ ਆ ਬੜੀ ਸਾਰੀ ਡਿਊਟੀ ਹੈ ਤੁਹਾਡੀ ਮੈਂ ਇਹਦੇ 'ਚੋਂ ਲੰਘ ਚੁੱਕਾ ਵਾਂ ਬਹੁਤ ਤਹਿ ਦਿਲੋਂ ਤੁਹਾਡਾ ਸਭ ਦਾ ਧੰਨਵਾਦ ਔਰ ਅਸੀਂ ਆਸ ਕਰਦੇ ਹਾਂ
ਕਿ ਜੋ ਇੱਥੇ ਮਾਹੌਲ ਬਣ ਰਿਹਾ ਵਾ ਪੰਜਾਬ ਦੀ ਹਿੱਤ ਦੇ ਵਿੱਚ ਉਹਦਾ ਤੁਸੀਂ ਵੀ ਪੂਰਾ ਸਮਰਥਨ ਦਿਓ। ਅੱਜ 6 ਮਤੇ ਆ ਜਿਹੜੇ ਅਸੀਂ ਤੁਹਾਡੇ ਤੋਂ ਜਿਨ੍ਹਾਂ ਦੀ ਪ੍ਰਵਾਨਗੀ ਲੈਣੀ ਆ। ਇਹ ਸਾਹਮਣੇ ਜਿਹੜੇ MLA ਸਾਹਿਬਾਨ ਨੇ ਔਰ ਜਿਹੜੇ ਇਸ ਕਨਵੈਨਸ਼ਨ ਦੇ ਪ੍ਰਬੰਧਕ ਨੇ ਆਯੋਜਕ ਨੇ ਇਹ ਉਹਨਾਂ ਵੱਲੋਂ ਤਿਆਰ ਕੀਤੇ ਗਏ ਆ, ਪਰ ਇਹ ਜੇ ਤੁਸੀਂ ਇਹਨਾਂ ਨੂੰ ਪ੍ਰਵਾਨਗੀ ਦਿਓਗੇ ਤਾਂ ਮੰਨੇ ਜਾਣਗੇ, ਕਿਉਂਕਿ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਔਰ ਇੱਥੇ ਲੋਕਤੰਤਰ ਜਿਹੜਾ ਵਾ ਉਹ ਆਪਾਂ ਬਹਾਲ ਕਰਨਾ। ਮੈਂ ਮਤੇ ਪੜੂੰਗਾ ਔਰ ਖਹਿਰਾ ਸਾਹਿਬ ਸੁਖਪਾਲ ਸਿੰਘ ਖਹਿਰਾ ਤੁਹਾਡੇ ਤੋਂ ਉਹਨਾਂ ਦੀ ਪ੍ਰਵਾਨਗੀ ਲੈਣਗੇ। ਮਤਾ ਨੰਬਰ 1 ਆਮ ਆਦਮੀ ਪਾਰਟੀ ਵਲੰਟੀਅਰਸ ਕਨਵੈਨਸ਼ਨ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਨੂੰ ਖੁਦ ਮੁਖਤਿਆਰ ਬਣਾਉਂਦੀ ਹੈ। ਕੀ ਤੁਸੀਂ ਸਹਿਮਤ ਹੋ ਕੇ ਸਾਨੂੰ ਖੁਦ ਮੁਖਤਿਆਰ ਹੋਣਾ ਚਾਹੀਦਾ? ਖੁਦ ਮੁਖਤਿਆਰ ਹੋਣਾ ਚਾਹੀਦਾ। ਇਹ ਯੂਨਿਟ ਆਪਣੇ ਫੈਸਲੇ ਖੁਦ ਕਰੇਗੀ, ਆਪਣਾ ਢਾਂਚਾ ਬਣਾਏਗੀ ਅਤੇ ਕੰਮ ਕਾਜ ਲਈ ਲੋੜੀਂਦੇ ਨਿਯਮ ਅਤੇ ਕਾਨੂੰਨ ਖੁਦ ਬਣਾਏਗੀ, ਕਿਉਂਕਿ ਪੰਜਾਬ ਸੂਬਾ ਯੂਨਿਟ ਰਾਸ਼ਟਰੀ ਪਾਰਟੀ ਦਾ ਹਿੱਸਾ ਹੈ। ਇਸ ਲਈ ਇਹ ਰਾਸ਼ਟਰੀ ਬਾਡੀ ਨੂੰ ਆਪਣੇ ਫੈਸਲਿਆਂ ਬਾਰੇ ਸਮੇਂ-ਸਮੇਂ ਉੱਤੇ ਜਾਣੂ ਕਰਵਾਉਂਦੀ ਰਹੇ। ਕੀ ਤੁਸੀਂ ਸਹਿਮਤ ਹੋ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਤਕਦੀਰ ਦਾ ਫੈਸਲਾ ਕਰਨ ਦਾ ਮੁਕੰਮਲ ਅਧਿਕਾਰ ਪੰਜਾਬ ਦੀ ਧਰਤੀ 'ਤੇ ਹੋਣਾ ਚਾਹੀਦਾ ਹੈ? ਚਾਹੀਦਾ ਹੈ। ਮਤਾ ਨੰਬਰ 2 ਆਮ ਆਦਮੀ ਪਾਰਟੀ ਵਲੰਟੀਅਰਸ ਕਨਵੈਨਸ਼ਨ ਸਰਬਸੰਮਤੀ ਨਾਲ ਮੌਜੂਦਾ ਨਕਾਰਾ ਅਤੇ ਅਯੋਗ ਸੰਗਠਨ ਢਾਂਚੇ ਨੂੰ ਤੁਰੰਤ ਭੰਗ ਕਰਦੀ ਹੈ, ਜਿਸ ਨੇ ਸੂਬੇ ਵਿੱਚ ਪਾਰਟੀ ਦੀ ਛਵੀ ਅਤੇ ਆਧਾਰ ਨੂੰ ਢਹਿ ਢੇਰੀ ਕੀਤਾ ਹੈ। ਆਯੋਜਕਾਂ ਅਤੇ ਵਿਧਾਇਕਾਂ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਸੰਗਠਨ ਦੇ ਨਵੇਂ ਢਾਂਚੇ ਦੀ ਰੂਪ ਰੇਖਾ ਤਿਆਰ ਕਰੇ। ਕੀ ਤੁਸੀਂ ਸਹਿਮਤ ਹੋ ਕਿ ਤੁਹਾਡੇ ਦਿੱਤੇ ਹੋਏ ਅਧਿਕਾਰ ਅਨੁਸਾਰ ਅਸੀਂ ਆਮ ਆਦਮੀ ਪਾਰਟੀ ਪੰਜਾਬ ਦਾ ਇੱਕ ਨਵਾਂ ਬਿਹਤਰੀਨ ਸੰਗਠਨ, ਰੋਸ਼ੀਲਾ ਸੰਗਠਨ, ਉਹ ਅਸੀਂ ਤਿਆਰ ਕਰ ਸਕਦੇ ਹਾਂ? ਤੁਸੀਂ ਪ੍ਰਵਾਨਗੀ ਦਿੰਦੇ ਹੋ? ਧੰਨਵਾਦ ਤੁਹਾਡਾ। ਤੀਸਰਾ ਮਤਾ, ਕਿਉਂਕਿ ਉਹ LOP ਔਰ ਸੁਖਪਾਲ ਸਿੰਘ ਖਹਿਰਾ ਨਾਲ ਸੰਬੰਧਿਤ ਹੈ, ਮੈਂ ਪੜੂੰਗਾ ਔਰ ਉਹਦੀ ਪ੍ਰਵਾਨਗੀ ਨਾਜ਼ਰ ਸਿੰਘ ਮਾਨਸਾਹੀਆ ਤੁਹਾਡੇ ਤੋਂ ਲੈਣਗੇ। ਆਮ ਆਦਮੀ ਪਾਰਟੀ ਵਲੰਟੀਅਰਸ ਕਨਵੈਨਸ਼ਨ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਪੰਜਾਬ ਵਿਧਾਨ ਸਭਾ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਇਹ ਕਨਵੈਨਸ਼ਨ ਵਿਸ਼ੇਸ਼ ਤੌਰ ਉੱਤੇ ਵਿਧਾਨ ਸਭਾ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਨਿਡਰਤਾ ਅਤੇ ਬਹਾਦਰੀ ਨਾਲ ਵਿਰੋਧੀ ਧਿਰ ਨੇਤਾ ਦੀ ਭੂਮਿਕਾ ਨਿਭਾਏ ਜਾਣ ਦੀ ਸ਼ਲਾਘਾ ਕਰਦੀ ਹੈ, ਜਿਨ੍ਹਾਂ ਨੇ ਕਿ ਪੰਜਾਬ ਵਿੱਚ ਵਿਧਾਨਕਾਰ ਕਾਰਜਸ਼ੈਲੀ ਨੂੰ ਇੱਕ ਨਵਾਂ ਰੂਪ ਦਿੱਤਾ। ਇਹਦਾ ਮੈਂ ਤੁਹਾਡਾ ਧੰਨਵਾਦ ਕਰਦਾ। ਬਸ ਜੋ ਤੁਸੀਂ ਮੇਰੀ ਇੱਜ਼ਤ ਕੀਤੀ, ਮਾਣ ਕੀਤਾ, ਇਹ ਜਿਹੜੀ ਮੇਰੀ ਪ੍ਰੋੜਤਾ ਕੀਤੀ ਗਈ ਮੇਰੇ ਕੰਮ ਦੀ, ਜੇ ਤੁਸੀਂ ਸਹਿਮਤ ਹੈ ਤਾਂ ਇਹਨੂੰ ਵੀ ਆਪਾਂ ਸਾਰਿਆਂ ਨੇ ਸਹਿਮੇ ਹੱਥ ਖੜੇ ਕਰਕੇ ਖਹਿਰਾ ਸਾਹਿਬ ਦੇ ਨਾਲ ਖੜ ਕੇ ਅੱਜ ਇਸ ਮੁੱਦੇ ਨੂੰ ਪ੍ਰੋੜਤਾ ਕਰਨੀ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ ਜੇ ਕੋਈ ਵਿਰੋਧੀ ਧਿਰ ਦਾ ਨੇਤਾ ਹੈ ਤਾਂ ਕੋਈ ਖਹਿਰੇ ਵਰਗਾ ਨਹੀਂ। ਲੀਡਰ ਆਫ ਆਪੋਜੀਸ਼ਨ ਵਿਰੋਧੀ ਧਿਰ ਦੇ ਨੇਤਾ ਬਾਰੇ ਹੈ। ਇਹ ਮਤਾ ਮੈਂ ਪੜੂੰਗਾ ਔਰ ਇਹ ਮਤਾ ਮਾਸਟਰ ਬਲਦੇਵ ਸਿੰਘ ਉਹ ਤੁਹਾਡੇ ਤੋਂ ਇਹਦੀ ਸਮਝੀ ਲੈਣਗੇ, ਮਾਨਤਾ ਲੈਣਗੇ। ਆਮ ਆਦਮੀ ਪਾਰਟੀ ਵਲੰਟੀਅਰਸ ਕਨਵੈਨਸ਼ਨ ਸਰਬਸੰਮਤੀ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਦਿੱਲੀ ਦੇ ਸੀਨੀਅਰ ਪਾਰਟੀ ਲੀਡਰਾਂ ਵੱਲੋਂ ਗੈਰ ਸੰਵਿਧਾਨਿਕ ਤਰੀਕੇ ਨਾਲ ਹਟਾਏ ਜਾਣ ਅਤੇ ਪੰਜਾਬ ਆਪ ਵਿਧਾਇਕਾਂ ਉੱਪਰ ਨਵਾਂ ਵਿਰੋਧੀ ਧਿਰ ਨੇਤਾ
ਨੇਤਾ ਥੋਪੇ ਜਾਣ ਦੀ ਕਠੋਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਵਿਰੋਧੀ ਧਿਰ ਨੇਤਾ ਦੀ ਨਵੀਂ ਨਿਯੁਕਤੀ ਨੂੰ ਵਾਲੰਟੀਅਰ ਖਾਰਿਜ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇੱਕ ਹਫ਼ਤੇ ਦੇ ਅੰਦਰ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਵਿਧਾਇਕਾਂ ਦੀ ਮੀਟਿੰਗ ਬੁਲਾਈ ਜਾਣ ਤੋਂ ਬਾਅਦ ਨਵਾਂ ਵਿਰੋਧੀ ਧਿਰ ਨੇਤਾ ਨਿਯੁਕਤ ਕੀਤਾ ਜਾਵੇ। ਮਤਾ ਨੰਬਰ ਪੰਜ ਮੈਂ ਇਹ ਮਤਾ ਪੜੂੰਗਾ। ਖਹਿਰਾ ਸਾਹਿਬ ਸਾਡੇ ਤੋਂ ਇਹਦੀ ਪ੍ਰਵਾਨਗੀ ਲੈਣਗੇ। ਆਮ ਆਦਮੀ ਪਾਰਟੀ ਵਾਲੰਟੀਅਰਸ ਕਨਵੈਨਸ਼ਨ 2 ਅਗਸਤ ਨੂੰ ਬਠਿੰਡਾ ਕਨਵੈਨਸ਼ਨ ਦੇ ਆਯੋਜਕਾਂ ਅਤੇ ਵਿਧਾਇਕਾਂ ਨੂੰ ਨਿਰਦੇਸ਼ ਦਿੰਦੀ ਹੈ। ਤੁਸੀਂ ਹੁਕਮ ਦੇਣਾ ਸਰ, ਹੁਕਮ ਦੇ ਰਹੇ ਹੋ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਉਲੀਕੇ ਜਾਣ, ਜਿਸ ਦੀ ਸ਼ੁਰੂਆਤ 12 ਅਗਸਤ 2018 ਨੂੰ ਹੁਸ਼ਿਆਰਪੁਰ ਤੋਂ ਹੋਵੇ। ਕੀ ਤੁਸੀਂ ਇਸ ਨੂੰ ਪ੍ਰਵਾਨਗੀ ਦਿੰਦੇ ਹੋ ਭਰਾ? ਅਸੀਂ ਜਾ ਸਕਦੇ ਹਾਂ ਜ਼ਿਲ੍ਹਿਆਂ ਵਿੱਚ? ਅਤੇ ਇੱਕ ਗੱਲ ਹੋਰ ਦੀ ਪ੍ਰਵਾਨਗੀ ਵੀ ਲੈ ਲਓ ਤੁਸੀਂ ਸਾਡੇ ਵੱਲੋਂ ਕਿ ਜਿਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਗਦਾਰੀ ਕੀਤੀ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ।